ਹੁਣ ਵਾਹਿਗੁਰੂ ਕੱਲ੍ਹ ਨੂੰ ਦੱਸੂਗਾ ਐਗਜੈਕਟ ਬੋਲ ਠੀਕ ਆ ਕਿ ਗਲਤ ਆ। ਵੈਸੇ ਮੈਂ ਸਭ ਨਾਲ ਤਕਰੀਬਨ ਤਕਰੀਬਨ ਮੈਨੂੰ ਬਾਹਰੋਂ ਵੀ ਬਹੁਤ ਸਾਰੇ ਲੋਕਾਂ ਦੇ ਟੈਲੀਫੋਨ ਆ ਰਹੇ ਨੇ ਵੀ ਇਹ ਜਲੰਧਰ ਸੀਟ ਕਲੀਅਰ ਹੀ ਹੋਈ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ ਜਾਏਗੀ। ਹੈਰਾਨੀਜਨਕ ਨਤੀਜੇ ਨਿਕਲਣਗੇ। ਸਿਰਫ 5 ਸੀਟਾਂ ਨਹੀਂ ਬਲਕਿ ਹੋਰ ਵੀ ਬਹੁਤ ਸਾਰੀਆਂ ਸੀਟਾਂ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਨੂੰ ਆਏਗੀ, ਕਿਉਂਕਿ ਮੈਂ ਲੋਕਾਂ ਵਿੱਚ ਜਿਹੜਾ ਉਤਸ਼ਾਹ ਵੇਖਿਆ ਸ਼ਹਿਰੀ ਲੋਕਾਂ 'ਚ, ਪੇਂਡੂ ਸੀਟ ਪਹਿਲਾਂ ਵੀ ਹੁੰਦਾ ਪੇਂਡੂ ਖੇਤਰ ਵਿੱਚ, ਸ਼ਹਿਰੀ ਖੇਤਰਾਂ ਵਿੱਚ ਜੋ ਮੈਂ ਸਮਝਦਾ ਕਿ ਉਤਸ਼ਾਹ ਮੈਂ ਵੇਖਿਆ ਮੋਦੀ ਸਰਕਾਰ ਦਾ, ਮੋਦੀ ਦੀ ਦੁਬਾਰਾ ਸਰਕਾਰ ਲਿਆਉਣ ਦਾ ਬਹੁਤ ਵੱਡਾ ਲੋਕਾਂ ਦੇ ਮਨਾਂ ਵਿੱਚ ਸ਼ਹਿਰੀਆਂ ਦੇ ਵਿੱਚ ਉਤਸ਼ਾਹ ਸੀ, ਔਰ ਨਾਲ ਹੀ ਪਿੰਡਾਂ ਵਿੱਚ ਵੀ ਸ਼ਹਿਰਾਂ ਵਿੱਚ ਵੀ, ਖਾਸ ਕਰਕੇ ਪਿੰਡਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਿ ਸਰਕਾਰ ਦੇ ਖਿਲਾਫ ਗੁੱਸਾ ਵੀ ਸੀ, ਕਿਉਂਕਿ ਉਹਨੇ ਝੂਠ ਬੋਲ ਕੇ ਕਿ ਮੈਂ ਕਿਸਾਨ ਸਾਰੇ ਕਿਸਾਨਾਂ ਦਾ ਕਰਜ਼ਾ ਜਿਹੜਾ, ਚਾਹੇ ਉਹ ਆੜ੍ਹਤੀ ਦਾ ਹੈ, ਚਾਹੇ ਕੋਆਪਰੇਟਿਵ ਬੈਂਕ ਦਾ ਹੈ, ਚਾਹੇ ਨੈਸ਼ਨਲਾਈਜ਼ਡ ਬੈਂਕ ਦਾ, ਇਹ ਸਾਰਿਆਂ ਦਾ ਕਰਜ਼ਾ ਮਾਫ਼ ਕਰਾਂਗਾ। ਪਛੜੇ ਵਰਗ ਦੇ ਲੋਕਾਂ ਨੂੰ ਇਹ ਕਹਿ ਕੇ ਕਿ ਤੁਹਾਨੂੰ ਜਿੱਥੇ ਬਾਦਲ ਲੱਗੇ 15,000 ਰੁਪਏ ਬੱਚੀ ਦਾ ਸ਼ਗਨ ਦਿੰਦਾ, ਮੈਂ 50,000 ਦਿਆਂਗਾ, ਔਰ ਜਿੱਥੇ ਇਹ ਕਹਿ ਕੇ ਕਿ ਤੁਹਾਨੂੰ ਸਰ ਵਗੇ ਆਟਾ ਦਾਲ ਹੀ ਦਿੰਦਾ ਬਾਦਲ, ਮੈਂ ਤੁਹਾਨੂੰ ਦੁੱਧ ਘਿਓ ਚਾਹ ਪੱਤੀ ਵੀ ਦਿਆਂਗਾ। ਯੂਥ ਨੂੰ ਇਹ ਕਹਿਣ ਲੱਗਾ ਕਿ ਤੁਹਾਨੂੰ ਘਰ ਘਰ ਨੌਕਰੀ ਦਿਆਂਗੇ, ਜਿਨ੍ਹਾਂ ਨੂੰ ਨੌਕਰੀ ਨਾ ਦਿੱਤੀ ਗਈ ਉਹਨਾਂ ਨੂੰ 2,500 ਰੁਪਏ ਪੱਤਾ ਦਿਆਂਗੇ, ਔਰ ਬਜ਼ੁਰਗਾਂ ਨੂੰ ਇਹ ਕਹਿਣਗੇ ਕਿ ਤੁਹਾਨੂੰ ਹੁਣ ਤਾਂ 500-600-500 ਰੁਪਇਆ ਮਿਲਦਾ, ਮੈਂ ਤੁਹਾਨੂੰ 2,500 ਰੁਪਇਆ ਪੱਤਾ ਦਿਆਂਗਾ, ਪੈਨਸ਼ਨ ਦਿਆਂਗਾ। ਇਸ ਲਈ ਸਾਰੇ ਵਰਗਾਂ ਨੂੰ ਉਹਨੇ ਗੁੰਮਰਾਹ ਕੀਤਾ, ਔਰ ਕੋਈ ਕੰਮ ਵੀ ਨਹੀਂ ਉਹਨੇ ਚਾੜਿਆ, ਸਿਰੇ ਨਹੀਂ ਚਾੜਿਆ, ਕਿਤੇ ਤੋਰਿਆ ਹੀ ਨਹੀਂ, ਬਲਕਿ ਸਾਰੇ ਕੰਮਾਂ 'ਚ ਫੇਲ ਹੋਇਆ। ਇਸ ਕਰਕੇ ਲੋਕਾਂ ਦੇ ਮਨਾਂ ਵਿੱਚ ਇਹ ਲੋਕਲ ਤੌਰ 'ਤੇ ਵੀ ਪੰਜਾਬ ਸਰਕਾਰ ਦੇ ਖਿਲਾਫ ਗੁੱਸਾ ਸੀ। ਤੋ ਇਸ ਕਰਕੇ ਮੈਂ ਸਮਝਦਾ ਕਿ ਜਲੰਧਰ ਦੀ ਸੀਟ ਔਰ ਪੰਜਾਬ ਦੀਆਂ ਹੋਰ ਵੀ ਬਹੁਤ ਸਾਰੀਆਂ ਸੀਟਾਂ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਜਾਣਗੀਆਂ। ਤਾਂ ਗਲਤ ਕਹਿੰਦਾ, ਦਰਅਸਲ ਉਹ ਫਰਸਟ੍ਰੇਟਡ ਆ, ਉਹ ਫਰਸਟ੍ਰੇਟਡ ਹੋਣ ਕਰਕੇ ਕਾਂਗਰਸ ਨਾਲ ਵੀ ਲੜੀ ਜਾਂਦਾ, ਸਾਡੇ ਖਿਲਾਫ਼ ਵੀ ਕਿਹਾ ਜਾਂਦਾ, ਕਾਂਗਰਸ ਦੇ ਖਿਲਾਫ਼ ਵੀ ਕਿਹਾ, ਇਸ ਕਰਕੇ ਉਹਦੀ ਆਪਣੀ ਮੈਂ ਨਹੀਂ ਉਹਦੇ ਬਾਰੇ।